ਲੋਕ ਸਭਾ ਚੋਣਾਂ 2019 ਨੂੰ ਲੈ ਕੇ ਜਿੱਥੇ ਪੂਰੀ ਤਰ੍ਹਾਂ ਦੇ ਨਾਲ ਸਾਰੀਆਂ ਪਾਰਟੀਆਂ ਸਰਗਰਮ ਨੇ, ਪ੍ਰਚਾਰ ਧੂੰਆਂ ਤਾਰ ਕੀਤਾ ਜਾ ਰਿਹਾ। ਸਾਡੇ ਨਾਲ ਇਸ ਸਮੇਂ ਮੌਜੂਦ ਨੇ ਸ਼੍ਰੀ ਵਿਜੇਇੰਦਰ ਸਿੰਗਲਾ, ਸਿੰਗਲਾ ਸਾਹਿਬ ਨਾਲ ਗੱਲਬਾਤ। ਸਿੰਗਲਾ ਸਾਹਿਬ, ਕਿਸ ਤਰ੍ਹਾਂ ਦਾ ਜਿਹੜਾ ਪ੍ਰਚਾਰ ਚੱਲ ਰਿਹਾ, ਤੁਸੀਂ ਕੇਵਲ ਢਿੱਲੋਂ ਜੀ ਦੇ ਨਾਲ ਲਗਾਤਾਰ ਪ੍ਰਚਾਰ ਕਰ ਰਹੇ ਹੋ? ਨਹੀਂ, ਬਹੁਤ ਵਧੀਆ ਪ੍ਰਚਾਰ ਚੱਲ ਰਿਹਾ ਔਰ ਹਰ ਪਿੰਡ ਦੇ ਵਿੱਚ ਤੁਸੀਂ ਇਕੱਠ ਦੇਖ ਰਹੇ ਹੋ, ਚੰਗਾ ਹੰਗਾਰਾ ਮਿਲ ਰਿਹਾ ਔਰ ਅਸੀਂ ਇਸ ਸੀਟ ਨੂੰ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ। ਵੱਡੀ ਲੀਡ ਸਾਡੇ ਸੰਗਰੂਰ ਵਿਧਾਨ ਸਭਾ ਹਲਕੇ 'ਚੋਂ ਹੋਊਗੀ ਜੀ। ਸਿੰਗਲਾ ਸਾਹਿਬ, ਲਗਾਤਾਰ ਲੋਕਾਂ ਦੇ ਵਿੱਚ ਵਿਚਰਦੇ ਹੋ, ਪਿਛਲੇ ਦਿਨ ਬਾਦਲ ਸਾਹਿਬ ਦਾ ਬਿਆਨ ਆਇਆ ਹੈਗਾ ਕਿ ਜਿਹੜਾ ਬਰਗਾੜੀ ਕਾਂਡ ਹੈਗਾ ਜਾਂ ਜਿਹੜਾ ਬੇਅਦਬੀਆਂ ਹੋਈਆਂ ਹੈਗੀਆਂ, ਉਸ ਮਸਲੇ ਦੇ ਵਿੱਚ ਸਾਡਾ ਕੋਈ ਹੱਥ ਨਹੀਂ, ਅਸੀਂ ਸਿੱਟ ਤੋਂ ਨਹੀਂ ਡਰਦੇ, ਤਾਂ ਇਸ ਨੂੰ ਲੈ ਕੇ ਤੁਸੀਂ ਕੀ ਕਹੋਗੇ? ਉਹ ਤਾਂ ਲੋਕਾਂ ਨੇ ਦੱਸਤਾ ਬਾਦਲ ਸਾਹਿਬ ਡਰਦੇ ਆ, ਨਹੀਂ ਡਰਦੇ, ਮੈਂ ਉਸ 'ਤੇ ਤਾਂ ਨਹੀਂ ਕੁਛ ਕਹਿਣਾ ਚਾਹੁੰਦਾ ਅਤੇ ਨਾ ਮੈਂ ਕੋਈ ਬਾਦਲ ਸਾਹਿਬ ਨੂੰ ਆਪਣੀ ਸਟੇਟਮੈਂਟ ਨਾਲ ਕੋਈ ਡਰਾਉਣਾ ਚਾਹੁੰਦਾ। ਇਹ ਤਾਂ ਲੋਕ ਵੋਟਾਂ 'ਚ ਹੀ ਦੱਸ ਦਿੰਦੇ ਆ। ਪਹਿਲਾਂ 2017 ਦੀਆਂ ਵੋਟਾਂ 'ਚ ਦੱਸਦਾ ਸੀ ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਕੀ ਖਮਿਆਜਾ ਹੁੰਦਾ ਅਤੇ 2019 ਦੀ ਚੋਣਾਂ ਵਿੱਚ ਬਾਕੀ ਦਾ ਰਹਿੰਦਾ ਹੁੰਦਾ ਪਤਾ ਲੱਗ ਜੂਗਾ। ਸੋ ਨਾ ਤਾਂ ਕੋਈ ਧੱਕੇ ਨਾਲ ਅਸੀਂ SIT ਬਣਾਈਏ ਅਤੇ ਨਾ ਕੋਈ ਅਸੀਂ SIT ਦੀ ਰਿਪੋਰਟ ਨੂੰ ਧੱਕੇ ਨਾਲ ਕੋਈ ਖਰਾਬ ਕਰਨਾ ਚਾਹੁੰਦੇ ਜਾਂ ਉਹਨੂੰ ਬਦਲਣਾ ਚਾਹੁੰਦੇ। ਅਸੀਂ ਚਾਹੁੰਦੇ ਜੋ ਕਾਨੂੰਨ ਦਾ ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ ਉਹ ਹੋਵੇ ਔਰ ਉਹੀ ਕੰਮ ਚੱਲ ਰਿਹਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ, ਕਾਂਗਰਸ ਪਾਰਟੀ ਦੀ ਸਰਕਾਰ ਨੇ ਕਦੇ ਵੀ ਕੋਈ ਧੱਕੇਸ਼ਾਹੀ ਵਾਲਾ ਕੰਮ ਨਹੀਂ ਕੀਤਾ ਔਰ ਲੋਕਾਂ ਦਾ ਫਤਵਾ 2017 ਦੀਆਂ ਚੋਣਾਂ ਵਿੱਚ ਅਤੇ ਹੁਣ 2019 ਦੀ ਚੋਣਾਂ ਵਿੱਚ ਅਕਾਲੀ ਦਲ ਨੂੰ ਉਹਨਾਂ ਦੀ ਸਹੀ ਜਗ੍ਹਾ ਦਿਖਾਊਗਾ। ਸਿੰਗਲਾ ਸਾਹਿਬ, ਤੁਸੀਂ ਵੀ MP ਰਹੇ ਹੈਗੇ ਹੋ ਅਤੇ ਇੱਕ ਭਗਵੰਤ ਮਾਨ ਵੀ 5 ਸਾਲ MP ਰਹੇ ਹੈਗੇ, ਉਹਨਾਂ ਦਾ ਕਹਿਣਾ ਕਿ ਮੈਂ ਬੜਾ ਕੁਛ ਕੀਤਾ ਹੈਗਾ, ਤੁਹਾਨੂੰ ਪਤਾ ਹੈਗਾ ਕਿ MPship ਕੀ ਹੁੰਦੀ ਹੈਗੀ ਆ, ਤਾਂ ਭਗਵੰਤ ਮਾਨ ਦੇ ਜੋ ਦਾਅਵੇ ਹੈਗੇ ਨੇ, ਕੀ ਤੁਹਾਨੂੰ ਲੱਗਦਾ ਕਿ ਉਹ ਦਾਅਵੇ ਪ੍ਰਪੱਕ ਨੇ, ਸਹੀ ਨੇ? ਆਪਾਂ ਸਭ ਨੂੰ ਪਤਾ ਹੈ ਕਿ MP ਦੀ ਕੀ ਕਾਰਗੁਜ਼ਾਰੀ ਹੁੰਦੀ ਹੈ। ਆਪਾਂ ਨੂੰ ਇਹ ਵੀ ਪਤਾ ਕਿ ਜਦੋਂ ਭਗਵੰਤ ਮਾਨ ਜੀ ਇੱਥੋਂ ਚੋਣ ਜਿੱਤ ਕੇ ਗਏ ਸੀ, ਉਹਨਾਂ ਨੇ ਆਪਣੇ ਇਸ ਇਲਾਕੇ ਨੂੰ ਕੀ ਗੱਲਾਂ ਕਹੀਆਂ ਸੀ, ਜਿਸ ਤਰ੍ਹਾਂ ਮੋਦੀ ਜੀ ਨੇ ਸਾਰੇ ਦੇਸ਼ ਨੂੰ ਕਹੀਆਂ ਸੀ, ਅਤੇ ਸਾਡੇ 5 ਸਾਲ ਸਾਡੇ ਸੰਗਰੂਰ ਦੇ ਵਿੱਚ ਕੀ ਹੋਇਆ, ਇਸ ਗੱਲ ਦਾ ਜਵਾਬ ਜਨਤਾ ਉਹਨਾਂ ਨੂੰ ਪੁੱਛ ਰਹੀ ਹੈ ਔਰ ਜਨਤਾ ਆਪਣੇ ਵੋਟਾਂ ਦੇ ਫਤਵੇ ਦੇ ਨਾਲ ਇਸ ਗੱਲ ਨੂੰ ਦੱਸੂਗੀ ਕਿ ਭਗਵੰਤ ਮਾਨ ਜੀ ਦੀ 5 ਸਾਲ ਦੀ ਕਾਰਗੁਜ਼ਾਰੀ ਕੀ ਸੀ। ਮੈਂ ਵੀ 5 ਸਾਲ MP ਰਿਹਾ ਔਰ ਜੋ ਮੈਂ ਕਾਰਗੁਜ਼ਾਰੀ ਕੀਤੀ ਹੈ ਉਹ ਲੋਕਾਂ ਦੇ ਸਾਹਮਣੇ ਔਰ ਲੋਕਾਂ ਨੂੰ ਉਸ ਗੱਲ ਦਾ ਪਤਾ ਕਿ ਇੱਕ MP ਕੀ ਕਰ ਸਕਦਾ। ਸੋ ਇਹ ਜਦ ਚੋਣਾਂ ਆਉਂਦੀਆਂ, ਇਹ ਇੱਕ ਵਕਤ ਹੁੰਦਾ ਆਪਣਾ ਆਪਣਾ ਰਿਪੋਰਟ ਕਾਰਡ ਦੇਣ ਦਾ, ਅਤੇ ਇਸ ਵੇਲੇ ਭਗਵੰਤ ਮਾਨ ਜੀ ਆਪਣਾ ਰਿਪੋਰਟ ਕਾਰਡ ਰੱਖਣਗੇ ਔਰ ਬਾਕੀ ਉਮੀਦਵਾਰ ਆਪਣਾ ਰੱਖਣਗੇ, ਤਾਂ ਪਤਾ ਲੱਗੂਗਾ ਲੋਕ ਆਪਣੀ ਲੋਕਾਂ ਦੀ ਫਤਵਾ ਆਊਗਾ ਕਿ ਕਿਹਦੀ ਪਾਰਟੀ ਦੇ ਹੱਕ 'ਚ ਆਉਂਦਾ। ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ 2 ਸਾਲ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੰਮ ਕੀਤਾ, ਹਰ ਆਪਣੇ ਵਾਅਦੇ ਦੇ ਨੂੰ ਪੂਰਾ ਕਰਨ ਵਾਸਤੇ ਸ਼ੁਰੂਆਤ ਕੀਤੀ ਹੈ, 3 ਸਾਲ ਦੀ ਸਰਕਾਰ ਹੋਰ ਪਈ ਹੈ, ਜੋ ਵਾਅਦਾ ਚੋਣਾਂ 'ਚ ਕੀਤਾ ਸੀ ਮੈਨੀਫੈਸਟੋ ਵਿੱਚ, ਘੋਸ਼ਣਾ ਪੱਤਰ ਵਿੱਚ, ਉਹਨੂੰ ਪੂਰਾ ਕਰਕੇ ਲੋਕਾਂ ਦੇ ਸਾਹਮਣੇ ਰੱਖਾਂਗੇ ਜੀ। ਸਿੰਗਲਾ ਜੀ, ਇੱਕ ਹੋਰ ਸਵਾਲ ਹੈਗਾ ਕਿ BJP ਵੱਲੋਂ ਸਨੀ ਦਿਓਲ ਨੂੰ ਜਿਹੜਾ ਗੁਰਦਾਸਪੁਰ ਦੇ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈਗਾ, ਤੁਹਾਨੂੰ ਲੱਗਦਾ ਹੈਗਾ ਕਿ ਫਿਲਮੀ ਸਿਤਾਰਾ, ਉਸਨੂੰ ਰਾਜਨੀਤੀ ਦੀ ਕੋਈ ਸਮਝ ਹੈਗੀ ਹੈ, ਕੀ ਕਹੋਗੇ ਇਸ ਨੂੰ ਲੈ ਕੇ? ਦੇਖੋ, ਗੱਲ ਇਹ ਹੈ ਕਿ ਹਰ ਬੰਦੇ ਦਾ ਆਪਣੇ ਆਪਣੇ ਪ੍ਰੋਫੈਸ਼ਨ ਦੇ ਵਿੱਚ ਆਪਣੀ ਆਪਣੀ ਕਾਬਲੀਅਤ ਹੁੰਦੀ ਹੈ, ਆਪਣਾ ਆਪਣਾ ਐਕਸਪੀਰੀਅੰਸ ਹੁੰਦਾ, ਆਪਣਾ ਆਪਣਾ ਯੋਗਦਾਨ ਹੁੰਦਾ। ਜਾਖੜ ਸਾਹਿਬ ਦਾ ਅਤੇ ਉਹਨਾਂ ਦੇ ਪਰਿਵਾਰ ਦਾ ਪਿਛੋਕੜ ਅਤੇ ਉਹਨਾਂ ਦੀ ਆਪਣੀ ਕਾਬਲੀਅਤ ਅਤੇ ਉਹਨਾਂ ਦੀ ਆਪਣੇ ਕੀਤੇ ਹੋਏ ਕੰਮ ਗੁਰਦਾਸਪੁਰ ਦੀ ਜਨਤਾ ਜਾਣਦੀ ਹੈ ਔਰ ਸਨੀ ਦਿਓਲ ਜੀ ਦੀ ਜੋ ਨੌਜਵਾਨਾਂ ਵਿੱਚ ਉਹਨਾਂ ਦੇ ਪਰਿਵਾਰ ਦੀ ਜੋ ਸਾਡੇ ਪੰਜਾਬ ਵਿੱਚ ਜਾਂ ਦੇਸ਼ ਦੇ ਵਿੱਚ ਉਹਨਾਂ ਦੀ ਫਿਲਮਾਂ ਦੇ ਵਿੱਚ ਜੋ ਕੰਟਰੀਬਿਊਸ਼ਨ ਹੈ ਉਹਨੂੰ ਵੀ ਜਨਤਾ ਜਾਣਦੀ ਹੈ। ਇਹ ਗੁਰਦਾਸਪੁਰ ਦੀ ਜਨਤਾ ਨੇ ਦੇਖਣਾ ਹੈ ਕਿ ਉਹ ਫਿਲਮ ਇੰਡਸਟਰੀ ਵਾਲੇ ਹੀਰੋ ਨੂੰ, ਜਿਹਨਾਂ ਨੂੰ ਉਹ TV 'ਤੇ ਦੇਖਦੇ ਸੀ, ਅੱਜ ਉਹਨਾਂ ਨੂੰ ਸਾਕਸ਼ਾਤ ਦੇਖਦੇ ਹੈ, ਉਹਨਾਂ ਨੇ ਅੱਗੇ ਨੂੰ ਉਹਨਾਂ ਨੂੰ ਇਸੇ ਰੂਪ ਵਿੱਚ ਦੇਖਣਾ ਹੈ ਕਿ ਉਹਨਾਂ ਨੇ ਆਪਣੇ ਨਿੱਜੀ ਤੌਰ 'ਤੇ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਜਿਹੜੇ ਮੁੱਦੇ ਹੈ ਉਹਨਾਂ ਦਾ ਹੱਲ ਦੇਖਣਾ ਹੈ। ਤਾਂ ਮੈਂ ਸਮਝਦਾ ਕਿ ਇਹ ਜਨਤਾ ਗੁਰਦਾਸਪੁਰ ਦੀ ਫੈਸਲਾ ਕਰੂਗੀ ਔਰ ਮੈਨੂੰ ਪਤਾ ਹੈ ਜਿਸ ਤਰ੍ਹਾਂ 2017 'ਚ ਗੁਰਦਾਸਪੁਰ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਲੋਕਾਂ ਨੇ ਦਿੱਤਾ ਔਰ ਉਸ ਤੋਂ ਬਾਅਦ ਲਗਾਤਾਰ ਜਾਖੜ ਸਾਹਿਬ ਜਦੋਂ MP ਬਣੇ ਜਾਂ ਜਦੋਂ ਤੋਂ ਸਾਡੇ MLA ਸਾਹਿਬਾਨ ਉੱਥੇ ਆਏ ਹੈ, ਸਭ ਨੇ ਮਿਲ ਕੇ ਗੁਰਦਾਸਪੁਰ ਹਲਕੇ ਵਿੱਚ, ਕਿਉਂਕਿ ਸਾਡੇ ਉੱਥੇ ਵਜ਼ੀਰ ਸਾਹਿਬਾਨ ਵੀ ਹੈ ਔਰ ਉਹਨਾਂ ਨੇ ਹਰ ਆਪਣੇ ਹਲਕੇ ਦੇ ਲੋਕਾਂ ਦੇ ਵਿਕਾਸ ਵਾਸਤੇ ਜ਼ੋਰਦਾਰ ਤਰੀਕੇ ਨਾਲ ਕੰਮ ਕੀਤਾ ਔਰ ਜਾਖੜ ਸਾਹਿਬ ਵੀ ਜਦੋਂ ਤੋਂ 2017 ਵਿੱਚ 2017-18 'ਚ ਜਦੋਂ ਚੋਣ ਆਈ ਬਾਈ ਇਲੈਕਸ਼ਨ ਦੀ, ਉਹ 'ਚ MP ਬਣੇ, ਉਹਨਾਂ ਨੇ ਵੀ ਲਗਾਤਾਰ ਆਪਣੇ ਪੂਰੇ ਲੋਕ ਸਭਾ ਹਲਕੇ ਵਾਸਤੇ ਪਾਰਲੀਮੈਂਟ ਵਿੱਚ ਵੀ ਆਵਾਜ਼ ਚੱਕੀ ਔਰ ਉਸ ਤੋਂ ਇਲਾਵਾ ਆਪਣੇ ਹਰ ਵਿਧਾਨ ਸਭਾ ਹਲਕੇ ਦੇ ਇਕੱਲੇ ਕੰਮ ਵਾਸਤੇ ਹਰ ਮਿਨਿਸਟਰ ਨਾਲ ਫੋਲੋਅਪ ਕਰਕੇ ਕੰਮ ਕੀਤਾ। ਤਾਂ ਇਹ ਜਨਤਾ ਫੈਸਲਾ ਕਰੂਗੀ ਕਿ ਜਨਤਾ ਕੀ ਚਾਹੁੰਦੀ ਹੈ, ਉਹ ਇੱਕ ਐਸਾ ਨੁਮਾਇੰਦਾ ਚਾਹੁੰਦੀ ਹੈ ਜਿਹੜੀ ਉਹਨਾਂ ਦੇ ਹਰ ਕੰਮ ਨੂੰ, ਉਹਨਾਂ ਦੀ ਜ਼ਿੰਦਗੀ ਨੂੰ ਆਸਾਨ ਕਰਨ ਵਾਸਤੇ, ਉਹਨਾਂ ਦੇ ਇਲਾਕਿਆਂ ਵਿੱਚ ਜੋ ਵਿਕਾਸ ਦੇ ਕਾਰਜ ਹੋਣ ਵਾਲੇ ਹੈ ਉਹਨਾਂ ਵਾਸਤੇ ਫੋਕਸ ਤਰੀਕੇ ਨਾਲ ਕੰਮ ਕਰੂਗਾ ਕਿ ਇੱਕ ਉਹ ਇਨਸਾਨ ਜਿਹੜਾ ਇਲੈਕਸ਼ਨ ਜਿੱਤਣ ਤੋਂ ਬਾਅਦ ਇਸ ਰਾਜਨੀਤੀ ਨੂੰ ਸਮਝਣ ਦੀ ਕੋਸ਼ਿਸ਼ ਕਰੂਗਾ, ਫਿਰ ਕਰੂਗਾ ਜੋ ਉਹਦੇ ਮਨ ਦੇ ਵਿੱਚ ਕੰਮ ਕਰਨ ਦੀ ਇੱਛਾ ਹੋਊਗੀ।
ਜੀ, ਜਿਸ ਤਰ੍ਹਾਂ ਨਵਜੋਤ ਸਿੱਧੂ ਨੂੰ ਬੁਲਾਇਆ ਗਿਆ ਹੁਣ ਜੀ ਕੰਪੇਨ ਦੇ ਲਈ, ਤੁਹਾਨੂੰ ਲੱਗਦਾ ਕਿੰਨਾ ਕੁ ਅਸਰ ਪਊਗਾ ਉਹਨਾਂ ਦੀ ਕੰਪੇਨ ਦੇ ਨਾਲ, ਕਿਉਂਕਿ ਰਾਹੁਲ ਗਾਂਧੀ ਜੀ ਵੀ ਸ਼ਾਇਦ ਸੰਗਰੂਰ ਆਉਣ ਦਾ ਪ੍ਰੋਗਰਾਮ ਬਣਾ ਰਹੇ ਨੇ, ਕੀ ਤੁਹਾਨੂੰ ਇਸ ਬਾਰੇ ਕੁਛ ਜਾਣਕਾਰੀ ਲੱਗੇ? ਨਹੀਂ ਨਹੀਂ, ਮੈਨੂੰ ਇਸ ਕੈਂਪੇਨ ਬਾਰੇ ਹਾਲੇ ਪਤਾ ਨਹੀਂ ਕਿ ਰਾਹੁਲ ਜੀ ਕਦ ਕੈਂਪੇਨ 'ਚ ਆ ਰਹੇ ਹੈ। ਜਿੱਥੋਂ ਵੀ ਰਾਹੁਲ ਜੀ ਆਉਣਗੇ, ਵੀ ਆਰ ਰੈਡੀ ਟੂ ਵੈਲਕਮ ਹਿਮ। ਐਂਡ ਜਿੱਥੇ ਸਿੱਧੂ ਸਾਹਿਬ ਦੀ ਗੱਲ ਹੈ, ਉਹਨਾਂ ਦੀ ਜਿੱਥੇ ਜਿੱਥੇ ਉਹਨਾਂ ਨੇ ਜਾ ਕੇ ਕੈਂਪੇਨ ਕਰਨਾ, ਜਿਹੜੇ ਜਿਹੜੇ ਕੈਂਡੀਡੇਟਸ ਚਾਹੁੰਦੇ ਹੈ, ਪਾਰਟੀਜ਼ ਹੀ ਇਜ਼ ਓਪਨ ਟੂ ਕਮ ਐਂਡ ਕੈਂਪੇਨ, ਸਾਡੇ ਸੰਗਰੂਰ ਆਉਣਗੇ, ਵੀ ਵੈਲਕਮ ਹਿਮ। ਸੋ ਤੁਹਾਨੂੰ ਦੱਸ ਦਈਏ, ਸਾਡੇ ਨਾਲ ਗੱਲ ਕਰ ਰਹੇ ਸੀਗੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਜਿਨ੍ਹਾਂ ਦਾ ਕਹਿਣਾ ਹੈਗਾ ਕਿ ਰਾਹੁਲ ਗਾਂਧੀ ਜੀ ਆਉਣਗੇ ਜਾਂ ਫਿਰ ਨਵਜੋਤ ਸਿੱਧੂ ਆਉਣਗੇ ਕੰਪੇਨ ਕਰਨ ਦੇ ਲਈ, ਉਹਨਾਂ ਦਾ ਵੈਲਕਮ ਕਰਦੇ ਨੇ। ਬਹਰਹਾਲ ਉਹਨਾਂ ਕੋਲ ਕੋਈ ਪ੍ਰੋਗਰਾਮ ਹਾਲੇ ਤੱਕ ਨਹੀਂ ਪੁੱਜਾ ਹੈ, ਲੇਕਿਨ ਜਿਹੜਾ ਸੰਗਰੂਰ ਹੈਗਾ, ਇਹ ਸੀਟ ਦੇ ਉੱਤੇ ਜਿਹੜੀ ਜੰਗ ਹੈਗੀ ਹੈ ਉਹ ਕਾਫੀ ਤੇਜ਼ ਹੋ ਚੁੱਕੀ ਹੈ। ਸੰਗਰੂਰ ਤੋਂ ਕੈਮਰਾਮੈਨ ਅਜੇ ਦੇ ਨਾਲ ਅਵਤਾਰ ਗਿੱਲ।